पानी ठंडा ना ना डॉक्टर को लेके गए हैं, डॉक्टर ने जेना गोलियां दित्तियां हैगियां ने। मैं क्या चलो अज जेना स्कूल रहन दो, एक तो अद्धी छुट्टी आ नाल जेन तबीयत मम्मा सहन की काफ़ी सारी खराब आ, आ गर्दन जेना काफ़ी सारी दर्द कर नाल बुखार जुकाम इस तरह जेना लैके आओ। मैं क्या चलो तुम जेना आराम करो तो फिर कल नू छुट्टी हैगी है तो परसों नू सोमवार वाले दिन जाना होर कहता तो मैं जाना पर लेकिन बुखार इसू तो मैं आख्या नहीं उत्थे जा फिर ज़्यादा न तबीयत खराब हो जाए। सुबह सुबह जाके जेना दवाई तो लै आती तो बाई ने जेना टीका भी लाया गोलियां भी दीतियां ने कह रहा जेना इंशाला जेना ठीक हो जाए शाम को फिर आके जेने एक बार आके जेना चेक की कराना टीका ही जेना वही लगा देने हूँ जेना दवाइया बाकी दूसरिया जेना रख दें हूँ तो उत्साह पकड़ लें। दूसरी गल दस देव बाई डाक्टर ने जेना गले दसे ने भी गले जेने मम्मा साहब ने बने खोते ने वह जेना मील पता करनी है मक्खन घी का कह रहा मक्खन घी ने जेना अच्छे तरीके दे साडा जेना माल दी व्याह फिर जेने इंशाल्लाह जेना ठीक हो जाए आस्ता आस्ता। इतने जेना सारे बच्चे जमा हो जेब अली भी आया खोता इतने जेना केक कटिया जा रहा जंगलों के बना के न मुजाहिद अली भी बिल्लो सारे बच्चे जेने इतने रल के जेने की करते पेने खेडते पे ने चलो खेडो। मैं जेना मी रल जा रही थी इतने उन्होंने जेना केक वेखो किस तरह बनाया मट्टी का चलो खेल लो बह के। उस्मान अली जेना इतने आता केक जेना काट रहा की करता पिया आंदे ना खेडता पिया खेड ਇਹ ਆਦਾ ਇੱਥੇ ਜਿਹੜਾ ਬਹਿ ਕੇ ਵੱਖਰੇ ਇਕੱਲਾ ਜਿਹੜਾ ਖੇਲ ਰਿਹਾ। ਹਾਂਜੀ ਤਾਂ ਇੱਥੇ ਜਿਹੜਾ ਅੰਮੀ ਔਰ ਵਾਲੇ ਪਹੁੰਚੀ ਹਾਂ। ਮੈਂ ਆਖਿਆ ਸਭ ਤੋਂ ਪਹਿਲੇ ਸਾਰਿਆਂ ਬੜਾ ਮੇਰੀ ਜਿਹੜਾ ਸਬਜ਼ੀ ਉਹ ਜਿਹੜਾ ਦਿਖਾ ਦੇਵੀਏ ਕਿੰਨੀ ਪਿਆਰੀ ਜਿਹੜਾ ਅੰਮੀ ਔਰ ਜਿਹੜਾ ਉਹ ਗਰੀ ਮਾਸ਼ਾਅੱਲਾ ਅੰਮੀ ਔਰ ਜਿਹੜਾ ਬਾਹਰ ਸੌਂਦੇ ਨੇ ਬਿਸਤਰੇ ਜਿਹੜਾ ਬਾਹਰ ਹੀ ਪਏ ਨੇ ਅਤੇ ਗੀ ਜਿਹੜਾ ਉਹ ਮੈਨੂੰ ਮਿਲ ਗਿਆ ਲੈ ਕੇ ਜਿਹੜਾ ਚੱਲਦੇ ਹਾਂ ਮੰਮਾ ਸਹਿਨ ਦੇ ਗਲੇ ਨੂੰ ਜਿਹੜਾ ਮਾਲਿਸ਼ ਕਰਨੇ ਆ ਅਤੇ ਇੱਥੇ ਜਿਹੜਾ ਟਮਾਟਰਾਂ ਦੇ ਬੂਟੇ ਜਿਹੜਾ ਮਾਸ਼ਾਅੱਲਾ ਜ਼ਬਰਦਸਤ ਜਿਹੜਾ ਦੇਖ ਲਓ ਤੇ ਆਹ ਦੇਖੋ ਹਾਂਜੀ ਅਤੇ ਅੰਮੀ ਜਿਹੜਾ ਮੱਖਣ ਉਹ ਜਿਹੜਾ ਲੈ ਲਿਆ ਇੰਨਾ ਕੁ ਲਿਆ ਥੋੜ੍ਹਾ ਜਿਹਾ ਕਿਉਂਕਿ ਜਿਹੜਾ ਜ਼ਰੂਰਤ ਹੀ ਇੰਨੇ ਕੁ ਦੀ ਸੀ ਮੰਮਾ ਸਹਿਨ ਸਿਰਫ ਜਿਹੜਾ ਗਲੇ ਨੂੰ ਮਾਲਿਸ਼ ਕਰਨੀ ਆ ਅਤੇ ਬਾਜੀ ਹੋਰੀ ਇੱਥੇ ਜਿਹੜਾ ਅੱਜ ਫਿਰ ਜਿਹੜਾ ਪਾਲਕ ਬਣਾ ਰਹੀ ਹੈ। ਮੈਂ ਕਿਹਾ ਰੋਜ਼ ਕਹਿੰਦੇ ਹੋਣਗੇ ਬਹਿਣਾ ਬਾਈ ਜਿਹੜਾ ਪਾਲਕ ਬਾਜੀ ਹੋਰੀ ਬਣਾਉਂਦੇ ਨੇ ਕਿ ਕਾਫ਼ੀ ਦਿਨਾਂ ਬਾਅਦ ਅੱਜ ਜਿਹੜਾ ਸੀ ਕਿ ਉਸ ਦਿਨ ਬਣਾਈ ਸੀ ਅਤੇ ਕਿ ਜਿਹੜਾ ਅੱਜ ਬਣਾ ਰਹੇ ਨੇ। ਮੈਂ ਜਿਹੜਾ ਜਾ ਰਹੀ ਸੀ ਅਲੀ ਰਜ਼ਾ ਦੀ ਅੰਮੀ ਨੇ ਆਪਣਾ ਜਿਹੜਾ ਕਿਚਨ ਨੂੰ ਕਲਰ ਵਗੈਰਾ ਕੀਤਾ ਅਤੇ ਉਹਨੇ ਕਿਹਾ ਵੀ ਜਿਹੜਾ ਦਿਖਾ ਲਓ ਤੁਸੀਂ। ਮੈਂ ਕਿਹਾ ਚੱਲ ਜਿਹੜਾ ਦਿਖਾਉਂਦੇ ਹਾਂ ਕਾਫ਼ੀ ਪਿਆਰਾ ਮਾਸ਼ਾਅੱਲਾ ਜਿਹੜਾ ਲੱਗ ਰਿਹਾ। ਮਾਸ਼ਾਅੱਲਾ ਬਾਜੀ ਹੋਰਾਂ ਨੇ ਖੁਦ ਆਪ ਹੀ ਜਿਹੜਾ ਕਲਰ ਕੀਤਾ ਕਾਫ਼ੀ ਪਿਆਰਾ ਹੋ ਗਿਆ ਇਸ ਤਰ੍ਹਾਂ ਕਰਕੇ ਕਿਉਂਕਿ ਸਰਦੀਆਂ ਆ ਗਈਆਂ ਨੇ ਹੁਣ ਅਗਲਾ ਧੂੰਆਂ ਵਗੈਰਾ ਜਿਹੜਾ ਬਿਲਕੁਲ ਲੁੱਕ ਗਿਆ ਨਾਲ ਸ਼ਾਦੀ ਦਾ ਜਿਹੜਾ ਟਾਈਮ 'ਤੇ ਥੱਲੇ ਵਾਲਾ ਫਰਸ਼ ਜਿਹੜਾ ਉਹ ਵੀ ਜਿਹੜਾ ਲਿਪਾਈ ਕਰ ਦਿੱਤਾ ਮੈਂ ਇਸ ਤਰ੍ਹਾਂ ਕਰਕੇ ਜ਼ਬਰਦਸਤ। ਅੱਜ ਤਾਂ ਕਿਚਨ ਜਿਹੜਾ ਵੀ ਆਈ ਪੀ ਬਣ ਗਿਆ। ਇੱਥੇ ਜਿਹੜਾ ਕਲਰ ਥੋੜ੍ਹਾ ਬਹੁਤਾ ਪਿਆ ਅਤੇ ਅਲੀ ਰਜ਼ਾ ਦੀ ਅੰਮੀ ਕਹਿ ਰਹੀ ਆ ਇੱਥੇ ਜਿਹੜਾ ਸਾਈਡਾਂ 'ਤੇ ਬਾਰਡਰ ਜਿਹੜਾ ਇੰਝ ਕਰਕੇ ਲਾਉਣਾ ਹੈਗਾ ਅਤੇ ਸਾਹਮਣੇ ਕਮਰਿਆਂ ਨੂੰ ਜਿਹੜਾ ਦੁਬਾਰਾ ਫਿਰ ਜਿਹੜਾ ਗੂਗਲ ਸਾਈਡ ਜਿਹੜਾ ਸਾਰੀ ਟੋਟਲੀ ਜਿਹੜਾ ਕਲਰ ਕਰਨੀ ਆ। ਅੱਜ ਮਿਸਤਰੀ ਆ ਗਿਆ ਤਾਂ ਕੱਲ੍ਹ ਨੂੰ ਆਇਆ ਤਾਂ ਜਿਵੇਂ ਹੀ ਜਿਹੜਾ ਕਲਰ ਕਰਾਇਆ ਇਨਸ਼ਾਅੱਲਾ ਦੇ ਭੈਣ ਭਈਆਂ ਨੂੰ ਜਿਹੜਾ ਸ਼ੇਅਰ ਕਰਾਂਗੀ। ਹਾਂਜੀ ਅਤੇ ਜਿਸ ਤਰ੍ਹਾਂ ਤੁਹਾਨੂੰ ਕਿਚਨ ਦਿਖਾਇਆ ਅਲੀ ਰਜ਼ਾ ਦੀ ਅੰਮੀ ਨੇ ਕਿਹਾ ਕੱਲ੍ਹ ਜਿਹੜਾ ਮੈਂ ਸ਼ਹਿਰ ਗਈ ਹੋਈ ਸੀ ਅਤੇ ਨਵੇਂ ਕੱਪੜੇ ਲੈ ਕੇ ਆਈ ਹਾਂ ਉਹ ਆਪਦੇ ਭੈਣ ਭਈਆਂ ਨੂੰ ਜਿਹੜਾ ਦਿਖਾ ਲਿਆ ਕਾਫ਼ੀ ਪਿਆਰੇ ਹੋਣੇ ਨੇ ਚੱਲ ਕੇ ਤੁਹਾਨੂੰ ਜਿਹੜਾ ਦਿਖਾਉਂਦੇ ਹਾਂ ਕਿਉਂਕਿ ਅਲੀ ਰਜ਼ਾ ਦੀ ਅੰਮੀ ਦੀ ਪਸੰਦ ਜਿਹੜਾ ਬਹੁਤ ਜ਼ਬਰਦਸਤ ਹੁੰਦੀ। ਸਭ ਤੋਂ ਪਹਿਲਾਂ ਜਿਹੜਾ ਬਾਜੀ ਹੋਰਾਂ ਨੇ ਟੋਟਲੀ ਕੱਪੜੇ ਮੈਨੂੰ ਜਿਹੜਾ ਬਾਹਰ ਕੱਢ ਕੇ ਜਿਹੜਾ ਦੇ ਦਿੱਤੇ ਨੇ ਕਿਉਂਕਿ ਬਾਜੀ ਹੋਰਾਂ ਨੇ ਆਹ ਆਪਣੇ ਵਾਸਤੇ ਸਿਲਾਈ ਜਿਹੜਾ ਸੂਟ ਨਵਾਂ ਜਿਹੜਾ ਕਰਾਇਆ ਹੈਗਾ ਅਤੇ ਜਿਹੜੀ ਸਲਵਾਰ ਅਜੇ ਥੋੜ੍ਹੀ ਬਾਜੀ ਹੋਰਾਂ ਨੇ ਕੋਈ ਨਹੀਂ ਦਿੱਤੀ ਹੈਗੀ ਆ ਅਤੇ ਕਮੀਜ਼ ਜਿਹੜਾ ਉਹ ਕੱਲ੍ਹ ਗਈ ਸੀ ਅਤੇ ਲਾਇਆ ਸੀ ਇਸ ਤਰ੍ਹਾਂ ਦਾ ਕਰਕੇ। ਇਹ ਵੀ ਅਲੀ ਰਜ਼ਾ ਦੀ ਅੰਮੀ ਨੇ ਆਪਣੇ ਵਾਸਤੇ ਜਿਹੜਾ ਸਿਲਾਈ ਕਰਾਇਆ ਸ਼ਾਦੀ ਦਾ ਰੇਸ਼ਮੀ ਹੈਗਾ ਅਤੇ ਕਢਾਈ 'ਤੇ ਜਿਹੜਾ ਕਾਫ਼ੀ ਪਿਆਰੀ ਜਿਹੜਾ ਹੋਈ ਹੋਈ ਆ ਥੱਲੇ ਸਿੱਧਣ ਦਾ ਦੁਪੱਟਾ ਹੀ ਜਿਹੜਾ ਉਹ ਵੀ ਕਾਫ਼ੀ ਪਿਆਰਾ ਉਹ ਹੀ ਜਿਹੜਾ ਪੀਕੋ ਵਾਸਤੇ ਸ਼ਹਿਰ ਜਿਹੜਾ ਦੇ ਆਈ ਸੀ ਸਿੱਧਣ ਜਿਹੜਾ ਲੈਸ ਵਗੈਰਾ ਜਿਹੜਾ ਲੱਗਣੀ ਆਈ ਅਤੇ ਆਹ ਲੈ ਗਿਆ ਇਰਮ ਵਾਸਤੇ ਕੱਲ੍ਹ।
इस तरह करके थले जेड़ना आली पैंट बनी हुई है, उत्ते जेड़ना शर्ट बहुत जबरदस्त है ये इरम वास्ते। इस तरह करके आइरम का तुम अगे देखे आ गया जेना लीला ने चे जेने सिलाई कराया कह रही है दो दो जेना बच्चों को जेना वो जाएंगे ये जेने इतो जेना चाकी चू जेना सिलाई करा के जेना रखा बाजी और फिर जेने एक माल जेना तो ला के रखा फिर जेना साइड से जेना रख देनी है। तो आ जेना मेरी वड्डी नान है शान फैमिली भी ला गए उन जेना भतीजी वास्ते जेना लैके आई आ क्योंकि इमरान ने कुड़ी हो गया तो अगे उनके को मुंडा तो हूँ माशाल्लाह जेना बेटी आंदे वास्ते जेना आले कपड़े जेना लैके आई हूँ जो जाएगी ना उस वक्त जेना लैके जाए बिल्कुल छोटे छोटे ने तो माशाल्लाह काफ़ी प्यारे निकली सैड तो जेना टोपी बनी हुई आ तो इस तरह करके ने क्योंकि सर्दियों के लै ले हूँ जेना सर्दियाँ आ रही ने अगे अगे क्योंकि हूँ जेना बरीक लेंदी फिर अगर जेना सर्दियाँ आने हूँ चल सर्दियाँ चार जेना पा ले सी कला जेना करके बिलकुल जेना छोटे छोटे है तकरीबन डेढ़ दो महीनों की हाँ दो महीनों की जेना होगी होनी इन्ने इन्ने है काफ़ी प्यारे कलर है मैं तो क्या है भी काफ़ी दाढ़ी जेना पसंद बहुत ज्यादा अच्छी है बाकी तुम बहना बी जेना दस देना है तू जेना किस तरह बाजी और शॉपिंग लगी है आ सूट तुम जेना अगे देखा हो अज जेना सिलाई वास्ते लैके जेना जा रही है आला ये है कि वह जो सोते एक जेन वो आला दो आले बाजी और अपने वास्ते लेने तजे अपनी बेटी वास्ते जेना अली रजा की वड्डी सिस्टर जी है उनके वास्ते हूँ लेने इसू तो दूसरे वास्ते भी हाँ आला बाजी और जेन अगे का सूट पिया कह रही है थोड़ा जेना ठीक करा के ना तो ये आला जेना पा लवानगी क्योंकि फिर जेना मेहंदी से भी पाना बरात से भी वलीमे इस तरह समूल जेना काफ़ी सारा अगे जेना हो जाता दुपट्टा ये अगे तो पाया सूट सारे जेना आज उन्हें जेना बाहर कटे ने जेडे सही है ना इसत्री करके तो अच्छे तरीके किधरों कोई जेना ठीक कराना करा के जेना बंदा जेना फिर शादी से पा लेंदा इस तरह करके मैं चल जिनी कि थोड़ी बहुत बाजी कॉल कर लिया शॉपिंग वो आदि बहन भाई जेना दिखा दें हूँ जेना आले कपड़े जेना उ तय ला के जेना रख देने हाँ जी तो इतने जेना अली रजाद अम्मी ने कल जेना कप भी लिया मैं चलो आदि बहन भाई छे जेना लाए से इस तरह करके जेना डिजाइन बने हुए अजय थोड़ी उवे जेना बन्ने हुए मैं चलो आदि बहन भाई जेना दिखा देने काफ़ी प्यारे है चलो शादी से मेहमान वगैरह आते ने ना तो उन्नी देर सर्दी जेना हो रिजाफी जेना पहन हो जानी तो बाजी और ने तो अगे ही उनके को कप पै नहीं लेकिन जेना कल आने कह रही आई जेना सुकिया रोटियां थोड़ा बहुत कोई लोहा लै लैन है सी वो आला देख जेने आले कप जेना लै लैन काफ़ी प्यारे है काफ़ी हाँ जी काफ़ी टाइम जेना बैठी रही इतने जेना बाजी और को जेना रख के गई थी थले जेना बठा दे रहे बठा ही कोई नहीं जेना बाजी और जेना सालन बना के ते रोटियां ही माशाल जेना बना रही हाँ जी तो हूँ जेना जल्दी जल्दी ने जेना घर चलने क्यों काफ़ी टाइम हो गया जेना अली रजा की अम्मी ने बुला लिया फिर मैं चल जेना भी ला गई थोड़ा बहुत जेना बना लें तो मम्मा सैन और आज फिर छुट्टी चलो जेना कर ली हैगी मैं चल चल के जेना हूँ दवाई दीती आ आराम की बैठो सी तो जेना थोड़ी दे टाइम जेना बेच फ्रिज जेना ठंडा होने वास्ते जेना अम्मी ने कहा भी रख दी तो उस तो बाद जेना उनके गले जेना अच्छे तरीके माला जेना उतार दी इतने जेना बिलो की अम्मी ने झाड़ू वगैरह टोटली सारा जेना ला रे लिया कपड़े कुपड़े दो कल कह रही है जेना दोते हैं उतले जेना कवर रिजाइया दे गिद्या दे समान अली उ जेना बैठा होया भाई और जेना पट्ठे लैके आए ने तो बकरी जेना भाई और को जेना चाक के पा दिते ने बच्चे जेना शाय लैन वास्ते आए अगोई साइड तो इतने जेना आज बड़ा जेना मज़े लैके जेना खा रही आस्ता आस्ता जेना इवें रुच जाएगी क्योंकि जेना पहला दिन तो बड़ा ही जेना औखा इन्हें लगाया सी लेकिन हूँ जेना फिर भी जेना खाना खा लेंदी पट्ठे जेना हरे हरे है इतने जेना बाई और पट्ठे आदि जेना ला रहे असि भावे जिस दिल किया आदि चाह के बकरी पाई रख पाई ने कदे नहीं रोके हाँ बाई कह रहा जेना इतने कोई मुक्ति देना है मजाक कर रहा जो दिल चाहे ने जेना चाह के जेना पा लेने उ जेना सामने पाए ने आदि जेना खा रही
ਪੱਠੇ ਜਿਹੜਾ ਬਿਲਕੁਲ ਖਤਮ ਹੋ ਗਏ ਤੇ ਆ ਹੀ ਪਰਾਲੀ ਸਿਰਫ ਜਿਹੜਾ ਅਸੀਂ ਹੁਣ ਪਾਉਂਦੇ ਹਾਂ ਤਾਂ ਪਰ ਬਾਈ ਹੋਰਾਂ ਰੱਖ ਦਿੰਦੇ। ਮੈਂ ਆਖਿਆ ਚਲੋ ਅੱਜ ਆਦੇ ਬਹਿਣ ਭਾਈਆਂ ਨੇ ਜਿਹੜਾ ਦਿਖਾ ਦੀ ਪਰਾਲੀ ਜਿਹੜਾ ਜਾਂ ਫਿਰ ਲਹਿੰਦਾ ਤਾਂ ਉਹ ਜਿਹੜਾ ਮਾਝ ਨੂੰ ਪਾਉਂਦੇ ਹਾਂ ਤੇ ਪੱਠੇ ਜਿਹੜਾ ਅਗਰ ਇਸ ਤਰ੍ਹਾਂ ਦੇ ਮਿਲ ਜਾਂਦੇ ਨਾ ਫਿਰ ਤਾਂ ਕਿਆ ਹੀ ਬਾਤ ਆ, ਬੰਦਾ ਜਿਹੜਾ ਕੁਤਿਰਕ ਜਿਹੜਾ ਪਾ ਦਿੰਦਾ। ਇਸ ਤਰ੍ਹਾਂ ਦੀ ਸੁੱਕੀ ਜੀ ਹੈ ਉਹ ਸੁੱਕੀ ਆਉਂਦਾ ਜਾਂ ਫਿਰ ਲਈ ਕੋਈ ਨਹੀਂ ਹਾਲਾਤ ਆ, ਕਿਉਂਕਿ ਜਿਹੜਾ ਭਾਈ ਹੋਰਾਂ ਲੂ ਜਿਹੜਾ ਜਿਸ ਤਰ੍ਹਾਂ ਅੱਗੇ ਜਿਹੜਾ ਚਾਹੇ ਤੇ ਆ ਉਹ ਕਹਿੰਦਾ ਪਿਆ ਇਹ ਮੁਕਤੀ ਆਏ ਹੁਣ ਤੁਸੀਂ ਜੇ ਹੱਸਦਾ ਪਿਆ ਵੀ ਚਾਹ ਚਾਕ ਪਾਈ ਰੱਖੋ, ਮੈਂ ਕਹਾਂ ਜਿੰਨੇ ਦਿਨ ਲੱਭਦੇ ਨਹੀਂ ਉਨੇ ਦਿਨ ਹੁਣ ਮੈਂ ਆਦੀ ਬੱਕਰੀ ਨੂੰ ਭੁੱਖਿਆ ਤਾਂ ਕੋਈ ਨਹੀਂ ਜਿਹੜਾ ਛੱਡਣਾ, ਕਿਉਂਕਿ ਗਾਹ ਹੀ ਕੋਈ ਨਹੀਂ ਹੁਣ ਜਿਹੜਾ ਦਾਈਆਂ ਦੁਨੀਆਂ ਛੱਡਾਂ ਉਹਨੇ ਆਖਿਆ ਹੋਣਾ ਵੀ ਚਲੋ ਕੋਈ ਨਹੀਂ ਆ। ਅਤੇ ਬੱਕਰੀ ਅੱਜ ਜਿਹੜਾ ਮਾਸ਼ਾਅੱਲਾ ਨਜ਼ਰ ਨਾ ਹੋਵੇ ਪੱਠੇ ਸਹੀ ਖਾਂਦੀ ਪਈ, ਅੱਜ ਖਾ ਰਹੀ ਹੈ ਇਹਨਾਂ ਦਿਨਾਂ ਬਾਅਦ ਜਿਹੜਾ ਦਿਲ ਬੜਾ ਖੁਸ਼ ਹੋਇਆ, ਆਸਤਾ ਆਸਤਾ ਜਿਹੜਾ ਰੋਕ ਜਾ ਸੀ ਬਾਈ ਹੋਰੀ ਜਿਹੜਾ ਪਰਾਲੀ ਲੈ ਕੇ ਆ ਗਏ ਬਖਤਾਂ ਸਾਹਮਣੇ, ਜਿਹੜੇ ਇੱਕ ਨਾ ਰਹੀ ਹੈਗੀ ਦੂਸਰੀਆਂ ਜਿਹੜਾ ਨਾ ਦੋ ਕੇ ਇੱਥੇ ਜਿਹੜਾ ਆਰਾਮ ਫਰਮਾ ਰਹੀਆਂ ਨੇ। ਬਾਈ ਹੋਰਾਂ ਨੇ ਗਾਈਆਂ ਨੂੰ ਪਾ ਦਿੱਤੀ ਸਾਹਮਣੇ, ਜਿਹੜਾ ਮੱਝਾਂ ਨੂੰ ਪਰਾਲੀ ਲਾ ਕੇ ਜਿਹੜਾ ਪਾ ਦਿੱਤੀ। ਇੱਥੇ ਜਿਹੜਾ ਦਾਨ ਦੀ ਫਸਲ ਮਾਸ਼ਾਅੱਲਾ ਮਾਸ਼ਾਅੱਲਾ ਅੱਗੇ ਆ ਰਹੇ ਹੈਗੇ ਸੀ ਅਤੇ ਹੁਣ ਬਿਲਕੁਲ ਜਿਹੜਾ ਗੋਲਡਨ ਕਲਰ ਵਿੱਚ ਤਬਦੀਲ ਹੋਣਾ ਜਿਹੜਾ ਸ਼ੁਰੂ ਹੋ ਗਏ ਤਕਰੀਬਨ ਜਿਹੜਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਿਹੜਾ ਬਾਈ ਹੋਰੀ ਕਹਿ ਰਹੇ ਨੇ ਇਹਨਾਂ ਜਿਹੜਾ ਹੱਥ ਲਾ ਦੇਵਾਂਗੇ। ਇਹ ਜਿਹੜਾ ਮਕਸੂਦ ਹੋਰਾਂ ਨੇ ਲਈ ਦੇ ਹੋਰਾਂ ਨੇ ਬੀਜੇ ਹੋਏ ਨੇ ਅਤੇ ਕਿੰਨੇ ਪਿਆਰੇ ਮਾਸ਼ਾਅੱਲਾ ਲੱਛੇ ਜਿਹੜਾ ਲੱਗ ਰਹੇ ਨੇ। ਇੱਥੇ ਜਿਹੜਾ ਅੱਲਾ ਪਾਕ ਦਾ ਸ਼ੁਕਰ ਹੈ ਕੁੱਕੜੀਆਂ ਜਿਹੜੀਆਂ ਨਹੀਂ ਆਉਂਦੀਆਂ ਹੈਗੀਆਂ ਨੇ, ਸਬਜ਼ੀ ਸਾਡੀ ਜਿਹੜਾ ਇਨਸ਼ਾਅੱਲਾ ਹੋ ਜਾਸੀ, ਕਿਉਂਕਿ ਜਿਹੜਾ ਦਣੀਆਂ ਇਹ ਬਿਲਕੁਲ ਵਿੱਚ ਜਿਹੜਾ ਆਈਆਂ ਹੀ ਕੋਈ ਨਹੀਂ ਨਿੱਘੀ ਮੁਰਗੀਆਂ ਅਤੇ ਟਮਾਟਰ ਜਿਹੜਾ ਜਿਸ ਤਰ੍ਹਾਂ ਤੁਹਾਨੂੰ ਦਿਖਾਏ ਨੇ ਅੰਮੀ ਹੋਰਾਂ ਦੇ, ਅੰਮੀ ਕਹਿ ਰਹੀ ਹੈ ਕਾਫੀ ਸਾਰੀ ਪਨੀਰੀ ਜਿਹੜਾ ਉੱਗੀ ਖੁਲਤੀ ਆ, ਤੁਸੀਂ ਜਿਹੜਾ ਪਨੀਰੀ ਲੈ ਜਾਓ ਤਾਂ ਉੱਥੇ ਜਿਹੜਾ ਆਹ ਦੇ ਜਿਹੜਾ ਜਿੱਥੇ ਬੀਜਣੀ ਨੇ ਉੱਥੇ ਜਿਹੜਾ ਬੀਜ ਲਓ ਅਤੇ ਮਿਰਚਾਂ ਹੀ ਜਿਹੜਾ ਉਹ ਵੀ ਮਾੜੀਆਂ ਮੋਟੀਆਂ ਜਿਹੜਾ ਹੋ ਰਹੀਆਂ ਹੈਗੀਆਂ ਤਾਂ ਉੱਥੇ ਅੰਮੀ ਹੋਰਾਂ ਪਨੀਰੀ ਜਿਹੜਾ ਲੈ ਆਵਾਂਗੇ ਇੱਥੇ ਜਿਹੜਾ ਲਾ ਦੇਵਾਂਗੇ ਅਤੇ ਪਾਲਕ ਅਤੇ ਦੂਸਰੀਆਂ ਚੀਜ਼ਾਂ ਜਿਹੜਾ ਉਹ ਇਨਸ਼ਾਅੱਲਾ ਜਿਹੜਾ ਅੱਜ ਵਿੱਚ ਜਿਹੜਾ ਬੀਜਾਂਗੇ ਅਤੇ ਦਣੀਆਂ ਜਿਹੜਾ ਇਨਸ਼ਾਅੱਲਾ ਅੱਲਾ ਪਾਕ ਨੇ ਚਾਹਿਆ ਤਾਂ ਇੱਕ ਦੋ ਦਿਨਾਂ ਦੇ ਵਿੱਚ ਮਾਸ਼ਾਅੱਲਾ ਜਿਹੜਾ ਉਹ ਗਿਆ ਆਵੇਗਾ, ਕਿਉਂਕਿ ਇਸ ਤਰ੍ਹਾਂ ਜੇ ਥੋੜ੍ਹੀ ਜਿਹੜਾ ਕੱਲ੍ਹ ਹੀ ਬੀਜਿਆ ਜ਼ਮੀਨ ਤਾਂ ਕਾਫੀ ਨਰਮ ਕੀਤੀ ਆ ਅੱਗੇ ਸੋਹਣੇ ਅੱਲਾ ਦੇ ਹਵਾਲੇ ਹੈਗਾ। ਬੱਕਰੀ ਮਾਸ਼ਾਅੱਲਾ ਅੱਜ ਜਿਹੜਾ ਖਾਮੋਸ਼ ਹੋ ਕੇ ਅੱਗੇ ਇੱਕ ਦੋ ਵਾਰੀ ਜਿਹੜਾ ਬੋਲੀ ਆ ਫਿਰ ਜਿਹੜਾ ਖਾਣਾ ਆਉਂਦਾ ਜਿਹੜਾ ਖਾਣ ਲੱਗ ਪਈ। ਘਰ ਦੇ ਟੋਟਲੀ ਸਾਰੇ ਘਰ ਦੇ ਕੰਮ ਕੁੰਮ ਜਿਹੜਾ ਕਰਕੇ ਬਿੱਲੋ ਦੀ ਅੰਮੀ ਚਲੀ ਗਈ ਪੱਠਿਆਂ ਨੂੰ ਬਿਲਕੁਲ ਸਾਫ਼ ਸੁਥਰਾ, ਕਿਉਂਕਿ ਕਾਫੀ ਸਾਰੇ ਭੈਣਾਂ ਵੀ ਕਹਿੰਦੇ ਨੇ ਬਿੱਲੋ ਦੀ ਅੰਮੀ ਦਾ ਘਰ ਬਹੁਤ ਹੀ ਪਿਆਰਾ ਜਿਹੜਾ ਬਿਲਕੁਲ ਸਾਫ਼ ਸੁਥਰਾ, ਕੂਲਰ ਜਿਹੜਾ ਪਾਣੀ ਇੱਥੇ ਜਿਹੜਾ ਠੰਡਾ ਕਰਕੇ ਜਿਹੜਾ ਰੱਖ ਦਿੰਦੀ, ਫਿਰ ਬੱਚੇ ਜਦੋਂ ਜਿਹੜਾ ਸਕੂਲ 'ਚ ਆਉਂਦੇ ਨੇ ਨਾ ਤਾਂ ਇੱਥੋਂ ਜਿਹੜਾ ਗਲਾਸ ਚੋਕ ਕੇ ਆਦਾ ਜਿਹੜਾ ਪੀ ਲੈਂਦੇ ਨੇ, ਸਾਰੀਆਂ ਝਾੜੂ ਵਗੈਰਾ ਬਾਹਰਲੀ ਸਾਈਡ ਤੋਂ ਜਿਹੜਾ ਲਾ ਲੋ ਕੇ ਬਾਈ ਹੋਰੀ ਆਪਣੇ ਪੱਠੇ ਲੈ ਕੇ ਆ ਗਏ ਨੇ ਅਤੇ ਬੱਕਰੀ ਜਿਹੜਾ ਇੱਥੇ ਜਿਹੜਾ ਬਿੱਲੋ ਹੋਰਾਂ ਦੀ ਬੰਨੀ ਖੁਲਤੀ ਆ ਅਤੇ ਆਪਣੀਆਂ ਮਾਝ 'ਤੇ ਕੱਟੀ ਵਾਸਤੇ ਜਿਹੜਾ ਹੁਣ ਪੱਠੇ ਜਿਹੜਾ ਲੈਣ ਗਈ ਆ, ਕਿਉਂਕਿ ਸੁਬਹਾ ਫਿਰ ਬੱਚਿਆਂ ਨੂੰ ਨਾਸ਼ਤਾ ਨੁਸ਼ਤਾ ਮੇਰੇ ਖਿਆਲ ਹੈ ਕੁੱਕੜੀ ਨੂੰ ਜਿਹੜਾ ਅੰਡਾ ਹੀ ਲਾ ਲਿਆ ਚੱਲਦੇ ਹਾਂ ਚਾਹ ਮੰਮਾ ਸੈਨ ਜਿਹੜਾ ਦੁਕਾਨ ਖੋਲ੍ਹ ਕੇ ਬੈਠਾ ਜਾਂ ਫਿਰ ਲਈ ਹੋਰ ਜਿਹੜਾ ਪਰਾਲੀ ਬਣਾਉਣ ਗਿਆ ਹੋਇਆ, ਕਿਉਂਕਿ ਥੱਬਾ ਹੁਣ ਜਿਹੜਾ ਪਾ ਦੇਵਾਂਗੇ ਅਤੇ ਥੱਬਾ ਥੋੜ੍ਹੀ ਦੇਰ ਤੀਕਰ ਜਿਹੜਾ ਪਾ ਦੇਵੇ। ਇੱਥੇ ਜਿਹੜਾ ਆਹ ਮਾਸ਼ਾਅੱਲਾ ਜਿਹੜਾ ਮੁਰਗਾ ਹੀ ਸਾਡਾ ਹੈਗਾ ਜਿਹੜਾ ਦੇਸੀ ਨਹੀਂ ਆ, ਐਵੇਂ ਜਿਹੜਾ ਇੱਥੋਂ ਲਿਆ ਸੀ 500 ਰੁਪਈਏ ਦਾ ਤਾਂ ਹੁਣ ਤਕਰੀਬਨ ਪਤਾ ਨਹੀਂ ਕਿੰਨੇ ਦਾ ਜਿਹੜਾ ਸੇਲ ਹੋਵੇਗਾ। ਆਹ ਹੀ ਕੁੱਕੜੀ ਜਿਹੜਾ ਇਹ ਮੰਮਾ ਸੈਨ ਔਰਾਂ ਦੀ ਅੱਬੇ ਜੀ ਦੀ ਸਮੋਲ ਜਿਹੜਾ ਬਹਿਣ ਹੈਗੀ ਉਹਨੇ ਦਿੱਤੀ ਸੀ ਅਤੇ ਉਹਦੇ ਜਿਹੜਾ ਇੱਕੋ ਇਹ ਵਾਲੀ ਜਿਹੜਾ ਵਧੀਆ ਬਿਲਕੁਲ ਛੋਟੀ ਚੂਚੀ ਹੈਗੀ ਸੀ, ਹੁਣ ਮਾਸ਼ਾਅੱਲਾ ਜਿਹੜਾ ਪੂਰੀ ਕੁੱਕੜੀ ਜਿਹੜਾ ਬਣੀ ਬੰਦੀ। ਹਾਂ ਪਾਣੀ ਪੀਣਾ ਇਹਨੇ ਜਿਹੜਾ ਪਾਣੀ ਪਿਲਾਉਂਦੇ ਹਾਂ ਅਤੇ ਚੱਲਦੇ ਹਾਂ ਚੱਲ ਕੇ ਦੇਖਦੇ ਹਾਂ ਕੁੱਕੜੀ ਨੇ ਅੰਡਾ ਦਿੱਤਾ ਕਿ ਨਹੀਂ ਦਿੱਤਾ। ਇੱਥੇ ਜਿਹੜਾ ਮੁਰਗੀ ਨੇ ਅੰਡਾ ਲਾ ਲਿਆ, ਦਰਵਾਜ਼ਾ ਜਿਹੜਾ ਮੈਂ ਬੰਦ ਕੀਤਾ ਹੋਇਆ ਸੀ ਹੁਣ ਜਿਹੜਾ ਖੋਲ੍ਹ ਗਿਆ, ਅੰਡਾ ਜਿਹੜਾ ਚੁੱਕ ਲੈਂਦੇ ਹਾਂ। ਦੇਸੀ ਹੋ ਜਾ ਰਹੀ ਹੂੰ ਮੰਮਾ ਸੈਨ ਹੋਰੀ ਅੱਜ ਜਿਹੜਾ ਜਿਸ ਤਰ੍ਹਾਂ ਘਰੇ ਹੈਗੇ ਨੇ ਮੇਰੀ ਦਿਲ ਹੈਗੀ ਆ ਵੀ ਅੱਜ ਜਿਹੜਾ ਮਸਤੇ ਵਾਸਤੇ ਜਿਹੜਾ ਸਾਫ ਉਹ ਅੱਜ ਜਿਹੜਾ ਲੈ ਆਉਂਦੇ ਹਾਂ, ਕਿਉਂਕਿ ਜਾ ਫਿਰ ਲਈ ਆਉਂਦਾ ਹੈ ਨਾ, ਕਿਉਂਕਿ ਜਿਹੜਾ ਪੱਠਿਆਂ ਲੱਗਿਆ ਹੋਇਆ ਉਧਰੋਂ ਜਿਵੇਂ ਵਾਪਸ ਆਇਆ ਨਾ ਫਿਰ ਜਾ ਚੱਲ ਕੇ ਜਿਹੜਾ ਸਾਫ ਜਿਹੜਾ ਉਹ ਅੱਜ ਜਿਹੜਾ ਲੈ ਜਿੱਡੀ ਹੈ ਕਿ ਆ ਕੀ ਜਿੰਨੇ ਕੁ ਪੈਸੇ ਜਿਹੜਾ ਜਮ੍ਹਾਂ ਹੋਣ ਦੇ ਵਾਸਤੇ ਜਿਹੜਾ ਕੀਤੇ ਹੈਗੇ ਨੇ ਨਾ ਉਹਨਾਂ ਜਿਹੜਾ ਲੈ ਕੇ ਆਵਾਂਗੇ। ਫਿਰ ਜਦੋਂ ਜਿਹੜਾ ਚਾਰ ਦੀਵਾਰੀ ਹੋ ਗਈ ਗੇਟ ਹੀ ਲੱਗ ਗਿਆ ਸਾਰਾ ਕੁਝ ਬਣ ਗਿਆ ਇਨਸ਼ਾਅੱਲਾ ਉਸ ਵਕਤ ਫਿਰ ਜਿਹੜਾ ਸਾਰੀ ਜਿੰਨੀ ਹੈ ਕਿ ਮਸਤੇ ਸਾਰੀ ਦੇ ਵਿੱਚ ਜਿਹੜਾ ਸਫ਼ਾ ਸੁਫਾ ਹਰ ਚੀਜ਼ ਜਿਹੜਾ ਉਸ ਵਕਤ ਜਿਹੜਾ ਰੱਖਾਂਗੇ ਅਤੇ ਹਜੇ ਥੋੜ੍ਹੀ ਜਿਹੜਾ ਇੱਕੋ ਹੀ ਲੈ ਆਵਾਂਗੇ
क्योंकि फिर जेना लगता टपदा भी कोई राय भी जेना आधा वजू करके जेना नमाज पढ़ सकता है जेना बच्चे जिन्हें कि जेना उत्थे जेना सुबह उठ के जहाँ जेना आंढ गवांढ वाले भी उत्थे जेना नमाज जेना अदा करते हैं तो उन्होंने वास्ते जेना वो इंसाफ जेना लियानी जरूरी आ या फिर लियाया फिर इंशाल्लाह जेना शहर जावांगे तो जिमें लै आंदी इंशाल्लाह वो भी याद बन पाइं जेना शेयर कर करांगे हूँ चल के जेना बकरी जेना पानी वो पहले पी लानियाँ फिर याद बन पाइं गलबात करनी हाँ जी तो इन्हें जेना आटा पा लिया मैं बकरी जेना पानी सब तो पहले जेना पिला लिया क्योंकि इन्हें जेना फिर पानी जेना पी लेंदी है अच्छे तरीके से बिच अगर आटा ना ना पाइए फिर पानी जेना नहीं पीती ये खून जेना खुश होकर पानी जेना पी लवेगी अगर जेना आटा बेच ना पाती ना फिर इन्हें पानी जेना नहीं पीना आज दिल जेना खुश होया क्योंकि पानी जेना माशाल्लाह पी ले सू ते पट्ठे जेना वही खा ले सू बस या फिर लिया गया वेखदा पे हाँ आटा जेंड ला के पानी आ इवें ही जेना रोज करने हैं फिर थोड़ा थोड़ा जेना आटा थोड़ा जेने थोड़ा ले हमरा ये ना जितना चलो हम जेना डोल देने हैं दोबारा फिर जेना बना के बिल्कुल थोड़ा जो होवे ना दो जेड़ा ना पी जा थोड़े जे पट्ठे जेना चक के होर जेना पाए ने असले जेना पट्ठिया दी अगलियां जेना लगरां गोली जेना खांदी है उधरों वेखो अगली साइड टोक लवेगी वो वाले गोली सिर्फ जेना खांदी है साइड वाले जेना बैक साइड मोड वाले पट्ठे जेना बिल्कुल जेना नहीं खांदी बस जेना ये अल्लाह पाक दा शुक्र आ अज जेना पट्ठे जेना वो खा रही अगे बिल्कुल जेना पट्ठे बस खांदी है बिल्कुल जेना थोड़े बहुते जेना तो अज अल्लाह पाक दा शुक्र है बकरी जेना बड़ा ही खुश होकर जेना आदा खाना पीने जेना क्योंकि पानी उन्हें जेना पी लिया तो हूँ जेना पट्ठे माशाल्लाह जेना खा रही है गया ये आला छोटा जिहा विलाग करनी इत्थे खतो क्योंकि जा फिर जेना वह थोड़े जिस तरह तुहानूं दस्सिया इस तों थोड़ी जेना हरी ज्वार हैगी वो अज लै आएगा फिर जेना उवें जेना वे हूँ कुतरदा कोई नहीं है क्योंकि जेना पराली जेना यह भी एवें पा दे भी साबित जेना पट्ठे तो शाम वाले विलाग च इंशाल्लाह इत्थे जेना टोटली जिन्नियां कि चीज़ां जेना बीजियां ना वह आदि बन पईआं जेना शेयर करांगे अल्लाह हाफिज़ अल्लाह निगेबान।